ਹੈਲੋ ਜੀ। ਹਾਂਜੀ ਸਾਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਸਾਰੇ ਕਿਵੇਂ ਹੋ? ਅਤੇ ਆਪਾਂ ਆਏ ਹਾਂ ਸ਼ੋਪਿੰਗ ਕਰਨ, ਅਤੇ ਬਾਕੀ ਸਾਨੂੰ ਆ ਗਿਆ ਵਿਆਹ, ਅਤੇ ਇਸ ਕਰਕੇ ਵਿਆਹ ਦੀ ਸ਼ੋਪਿੰਗ ਕਰਨ ਆਏ ਹਾਂ। ਅਤੇ ਸੂਟ ਬਹੁਤ ਹੀ ਵਧੀਆ ਨੇ, ਵੈਸੇ ਸਸਤੇ ਵੀ ਨੇ ਅਤੇ ਮਹਿੰਗੇ ਵੀ ਆ, ਹਰ ਤਰ੍ਹਾਂ ਦੇ ਤੁਹਾਨੂੰ ਪਤਾ ਵਰਾਇਟੀ ਮਿਲਦੀ ਆ, ਅਤੇ ਲਾਈਨਿੰਗ ਵਾਲੇ ਬਹੁਤ ਸੋਹਣੇ ਘੈਂਟ ਘੈਂਟ ਸੂਟ ਆ, ਅਤੇ ਹੈਵੀ ਨੇ ਕਾਫੀ ਸੂਟ, ਅਤੇ ਬਾਕੀ ਤੁਹਾਨੂੰ ਪਤਾ ਰੇਟ ਵੀ ਹੈਵੀ ਹੁੰਦੇ ਆ, ਜੇ ਆਪਾਂ ਨੋਰਮਲ ਰੇਟ 'ਚ ਲਈਏ ਰੇਂਜ 'ਚ ਠੀਕ ਵੀ ਪੈ ਜਾਂਦੇ ਆ, ਅਤੇ ਬਾਕੀ ਕੱਪੜੇ ਸਸਤੇ ਵੀ ਆ ਮਹਿੰਗੇ ਵੀ ਆ, ਮਤਲਬ ਕਿ ਵੱਖਰੀ ਵੱਖਰੀ ਵਰਾਇਟੀ ਉਸ ਹਿਸਾਬ ਨਾਲ, ਅਤੇ ਸੂਟ ਹੀ ਬਹੁਤ ਸੋਹਣੇ ਆ ਘੈਂਟ, ਅਤੇ ਮੈਂ ਵੇਖਣ ਲੱਗ ਗਈ ਸੀ ਮੇਰੇ ਕੋਲ ਯੈਲੋ ਦੁਪੱਟੇ ਵਾਲਾ ਕੋਈ ਸੂਟ ਨਹੀਂ ਹੈਗਾ, ਮੇਰੇ ਕੋਲ ਸਾਰੇ ਕਲਰ ਹੈਗੇ ਆ, ਬਸ ਯੈਲੋ ਦੁਪੱਟੇ ਵਾਲਾ ਕੋਈ ਸੂਟ ਨਹੀਂ ਹੈਗਾ, ਅਤੇ ਮੈਨੂੰ ਇਹ ਬਹੁਤ ਪਸੰਦ ਆਇਆ ਸੀ ਸੂਟ। ਅਤੇ ਉਸ ਤੋਂ ਬਾਅਦ ਆਪਾਂ ਸ਼ੋਪਿੰਗ ਕਰਕੇ ਆਣ ਕੇ ਟਿੱਕੀਆਂ ਖਾਧੀਆਂ ਬਾਜ਼ਾਰ ਹੀ, ਅਤੇ ਇਹ ਹੁਣ ਅਗਲੇ ਦਿਨ ਦੀ ਵੀਡੀਓ ਆ, ਵਲੋਗ ਜੋ ਕਿ ਮੈਂ ਇਕੱਠਾ ਕਰਤਾ, ਇਹ ਆਪਾਂ ਆਏ ਹਾਂ ਅੰਮ੍ਰਿਤਸਰ ਸ਼ੋਪਿੰਗ ਕਰਨ, ਬੱਚਿਆਂ ਦੇ ਕੱਪੜੇ ਵੇਖਣ ਆਏ ਸੀ, ਜੈਕਟਾਂ, ਅਤੇ ਬਾਕੀ ਆਪਾਂ ਸੋਚਿਆ ਚਲੋ ਸ਼ਹਿਰੋਂ ਜਾ ਕੇ ਲਵਾਂਗੇ ਕੱਪੜੇ, ਅਤੇ ਆਪਾਂ ਤਾਂ ਸੂਟ ਉੱਥੋਂ ਲੈ ਲਏ ਸੀ ਆਪਣੇ ਸ਼ਹਿਰੋਂ, ਅਤੇ ਬਾਕੀ ਅਭੀ ਵਾਸਤੇ ਆਪਾਂ ਵੇਖਣ ਆਏ ਸੀ ਸੂਟ ਜੈਕਟ, ਅਤੇ ਤੁਹਾਨੂੰ ਪਤਾ ਵਿਆਹ ਜਦੋਂ ਆਇਆ ਹੋਵੇ ਕਾਫੀ ਸ਼ੋਪਿੰਗ ਕਰਨੀ ਪੈਂਦੀ ਆ, ਸਾਰਾ ਕੁਛ ਹੁੰਦਾ ਵੀ ਆ, ਪਰ ਬੱਚਿਆਂ ਦਾ ਸਾਰੀਆਂ ਜੈਕਟਾਂ ਹੈਗੀਆਂ ਪਰ ਛੋਟੀਆਂ ਹੋ ਜਾਂਦੀਆਂ ਨੇ, ਅਤੇ ਇਸ ਕਰਕੇ ਹੁਣ ਹੋਰ ਜੈਕਟ ਸੋਚਿਆ ਵੀ ਚਲੋ ਨਵੀਂ ਲੈ ਜਾਈਏ ਵਿਆਹ 'ਚ, ਹੁਣ ਕਈ ਵਿਆਹ ਤੁਹਾਨੂੰ ਪਤਾ ਬਹੁਤ ਵਿਆਹ ਆਉਂਦੇ ਆ ਭੁਗਤ ਜਾਂਦੇ ਆ, ਬਹੁਤ ਟਾਈਮ ਲੱਗਿਆ ਸੀ ਇਹਨਾਂ ਦੇ ਬੱਚਿਆਂ ਦੇ ਕੱਪੜੇ ਵਹਿੰਦਿਆਂ ਵਹਿੰਦਿਆਂ, ਅਤੇ ਸਾਨੂੰ ਤਾਂ ਸੂਟ ਜਲਦੀ ਪਸੰਦ ਆ ਜਾਂਦੇ ਆ ਵੈਸੇ ਤਾਂ, ਅਤੇ ਬੱਚਿਆਂ ਦੇ ਕੱਪੜਿਆਂ ਨੂੰ ਬਹੁਤ ਟਾਈਮ ਲੱਗਦਾ ਏ। ਇੱਧਰ ਆਪਾਂ ਕੁੜੀਆਂ ਦੇ ਮਤਲਬ ਕਿ ਗਰਲਸ ਸੂਟ ਵੇਖਣ ਲੱਗ ਗਏ ਸੀ, ਜੋ ਤੁਹਾਨੂੰ ਪਤਾ ਸ਼ੋਰਟ ਜੈਕਟਾਂ ਚੱਲਦੀਆਂ ਉਹ ਵੇਖਣ ਲੱਗ ਗਏ ਸੀ, ਪਰ ਪਸੰਦ ਨਹੀਂ ਸੀ ਆਏ ਕਿਉਂਕਿ ਐਵੇਂ ਦੇ ਕੱਪੜੇ ਆਪਾਂ ਲਏ ਹੋਏ ਆਪਣੇ ਸ਼ਹਿਰੋਂ ਲਏ ਆ, ਅਤੇ ਕੋਈ ਜ਼ਿਆਦਾ ਖਾਸ ਫਰਕ ਨਹੀਂ ਲੱਗਾ ਮੈਨੂੰ। ਬਾਕੀ ਆਪਾਂ ਮੁੰਡੇ ਦੇ ਕੱਪੜੇ ਲੈ ਲਏ ਸੀ, ਅਤੇ ਉਸ ਤੋਂ ਬਾਅਦ ਆਪਾਂ ਆਪਣੇ ਘਰ ਨੂੰ ਵਾਪਸ ਚਲ ਗਏ, ਨਹੀਂ ਹਲੇ ਆਪਾਂ ਵੈਸੇ ਤਾਂ ਸ਼ਹਿਰ ਹੀ ਹਾਂ, ਅਸੀਂ ਰੋਟੀ ਰੋਟੀ ਖਾ ਕੇ ਅਤੇ ਫਿਰ ਗਏ ਸੀ, ਟਾਈਮ ਬਹੁਤ ਲੱਗ ਗਿਆ ਪਰ ਮੈਂ ਵਲੋਗ ਛੋਟਾ ਬਣਾਇਆ ਤਾਂ ਜੋ ਛੋਟਾ ਵਲੋਗ ਵੇਖਿਆ ਜਾ ਸਕੇ, ਅਤੇ ਲੌਂਗ ਵੀਡੀਓ ਬਹੁਤ ਜ਼ਿਆਦਾ ਹੋ ਜਾਂਦੀ ਲੰਬੀ, ਅਤੇ ਫਿਰ ਕੋਈ ਵੇਖਦਾ ਨਹੀਂ ਆ, ਮੈਂ ਕੋਸ਼ਿਸ਼ ਕੀਤੀ ਕਿ ਮੈਂ ਛੋਟਾ ਹੀ ਵਲੋਗ ਜੋੜਦਾ, ਅਤੇ ਫਿਰ ਮੈਂ ਛੋਟਾ ਜਿਹਾ ਵਲੋਗ ਜੋੜਤਾ, ਅਤੇ ਇਸ ਕਰਕੇ ਸਾਰੇ ਜਣੇ ਜ਼ਰੂਰ ਵੇਖਿਆ ਕਰੋ। ਫਿਰ ਆਪਾਂ ਆ ਗਏ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੋਟੀ ਖਾਣ ਆ ਗਏ ਸੀ, ਭੁੱਖ ਬਹੁਤ ਜ਼ਿਆਦਾ ਲੱਗੀ ਸੀ, ਫਿਰ ਆਪਾਂ ਖਾਣ ਲੱਗੇ ਸੀ ਰੋਟੀ, ਅਤੇ ਮੇਰਾ ਅੱਜ ਦਾ ਇੰਨਾ ਹੀ ਵਲੋਗ, ਅਤੇ ਮੇਰੀ ਵੀਡੀਓ ਨੂੰ ਕਰ ਦਿਓ ਲਾਈਕ। ਫਿਰ ਆਪਾਂ ਆਣ ਕੇ ਘਰ ਆਣ ਕੇ ਚਾਹ ਪੀਤੀ, ਅਤੇ ਚਾਹ ਤੋਂ ਬਿਨਾਂ ਨਹੀਂ ਰਿਹਾ ਜਾਂਦਾ ਤੁਹਾਨੂੰ ਪਤਾ, ਫਿਰ ਐਂਡ 'ਤੇ ਜੋੜਤੀ ਆਪਾਂ ਸ਼ੋਪਿੰਗ ਕਰਨ ਵਾਲੀ ਸ਼ਹਿਰ ਵੀਡੀਓ, ਮੋਲ 'ਚ ਗਏ ਸੀ ਆਪਾਂ ਵਿਸ਼ਾਲ। ਹਾਂਜੀ ਆਹ ਵਾਲੀ ਮੇਰੀ ਉਹ ਵੀਡੀਓ ਰਹਿ ਗਈ ਸੀ, ਆਪਾਂ ਜਦੋਂ ਕੱਪੜੇ ਲਏ ਸੀ ਅਤੇ ਉਹ ਮੇਰੀ ਵੀਡੀਓ ਫਿਰ ਐਂਡ 'ਤੇ ਲੱਗੀ ਜਾ ਕੇ, ਅਤੇ ਬਾਕੀ ਆ ਤੁਹਾਨੂੰ ਮੈਂ ਸੂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਆਪਾਂ ਕਾਫੀ ਜ਼ਿਆਦਾ ਮਤਲਬ ਦੁਕਾਨਾਂ 'ਤੇ ਤੁਰੇ ਫਿਰੇ ਸੀ, ਸੂਟ ਪਸੰਦ ਕੀਤੇ ਸੀ, ਅਤੇ ਆਹ ਵਾਲਾ ਕੱਪੜਾ ਬਹੁਤ ਮਹਿੰਗਾ ਹੈ, 700 ਰੁਪਏ ਮੀਟਰ ਆ ਕੱਪੜਾ, ਇਹ ਨਨਾਣ ਨੇ ਮਤਲਬ ਦੀਦੀ ਨੇ ਲਿਆ ਸੀ ਸੂਟ, ਇਹ ਵਾਲਾ ਇਹਨਾਂ ਕੋਲ ਬਹੁਤ ਜ਼ਿਆਦਾ ਕੱਪੜਾ ਮਹਿੰਗਾ, ਇਹ ਕੱਪੜਾ ਬਹੁਤ ਵਧੀਆ ਵਾ ਵੈਸੇ,
ਪਰ ਇਹ ਕੱਪੜਾ ਬਹੁਤ ਮਹਿੰਗਾ ਹੈ ਅਤੇ ਇੱਥੋਂ ਇੱਥੋਂ ਵੀ ਇੱਕ ਸੂਟ ਪਸੰਦ ਆ ਗਿਆ ਸੀ। ਹਾਂਜੀ ਮੇਰਾ ਇੰਨਾ ਵਲੋਗ ਬਸ ਅੱਜ ਦਾ, ਅਤੇ ਬਾਕੀ ਤੁਸੀਂ ਮੇਰੀ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਬਾਕੀ ਆਪਾਂ ਨੂੰ ਵਿਆਹ ਦਾ ਆ ਗਿਆ ਡੱਬਾ ਕਾਰਡ, ਅਤੇ ਆਪਾਂ ਜਾਣਾ ਵਿਆਹ ਵੇਖਣ, ਅਤੇ ਸ਼ੋਪਿੰਗ ਆਪਾਂ ਕਰ ਲਈ ਆ। ਤੁਸੀਂ ਮੇਰਾ ਕਰ